ਜੀ ਦੀ ਦਰਮਿਆਨੀ ਰਾਤ ਨੂੰ ਆਪਣੇ ਸ਼ਹਿਰ ਵਿੱਚ, ਰੋਪੜ ਸ਼ਹਿਰ ਵਿੱਚ ਬੇਲਾ ਚੌਂਕ ਦੇ ਲਾਗੇ ਇੱਕ ਮੋਬਾਈਲ ਦੀ ਸ਼ੌਪ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਸੀਗੀ ਔਰ ਦੋ ਚੋਰਾਂ ਨੇ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਉਹਨਾਂ ਨੇ ਜਿਹੜਾ ਵੀ ਸਮਾਨ ਸੀਗਾ ਮੋਬਾਈਲ ਕਰੀਬ 120 ਦੇ ਕਰੀਬ ਮੋਬਾਈਲ ਚੋਰੀ ਕੀਤੀ ਸੀ। ਹਾਂਜੀ ਕਿੰਨੇ ਫੋਨ ਕਿੱਥੇ ਕੀਤੀ ਸੀ, ਕਿੱਥੋਂ ਕਿੱਥੋਂ ਕਰੀ, ਹੋਰ ਵੀ ਮੇਲਾ ਤੋਂ ਨਹੀਂ ਕਰਨੀ ਬਸ। ਅੱਛਾ ਪਹਿਲਾਂ ਦੇਖ ਕੇ ਗਏ ਤੇ ਚੋਰੀ ਕਰਨ ਤੋਂ ਪਹਿਲਾਂ ਵੀ ਕਿੱਥੇ ਕਰਨੀ ਸੀ, ਦੁਕਾਨ ਪਰ ਆਏ ਸੀ ਕਦੇ ਉਹ? ਫੋਨ ਲਿਆ ਸੀਗਾ ਜੀ ਉੱਥੇ। ਤੇਰਾ ਮੋਬਾਈਲ ਆ ਗਿਆ ਮੈਨੂੰ ਪਿੱਛੇ ਕਰੀ ਜਾਂਦਾ ਮੋਬਾਈਲ। ਨਹੀਂ ਦੇਖੋ ਤਗੜਾ ਕੰਮ ਕਰਿਆ ਦਿੱਤਾ ਮੇਰੇ ਪਿੰਡ ਦੇ ਨਾਮ ਵਗੈਰਾ ਦਿੱਤਾ ਤੇਰਾ। ਜੱਸੀ ਜੱਸੀ ਕਿੰਨੇ ਫੋਨ ਚੋਰੀ ਕੀਤੇ ਪਹਿਲਾਂ ਵੀ? ਐਵੇਂ ਧੱਕੇ ਨਾਲ ਫੜ ਲਏ ਤੁਹਾਨੂੰ? ਹੈਂ ਕਿਤੇ ਚੋਰੀ ਚੋਰੀ ਕੀਤੇ ਤੇ ਬਾਈ ਦੱਸੋ ਯਾਰ, ਤਾਂ ਹੀ ਚੋਰੀ ਕੀਤੀ। ਚੋਰੀ ਕੀਤੀ ਸੀ? ਹਾਂਜੀ ਕਿੰਨੇ ਫੋਨ ਕਿੱਥੇ ਕੀਤੀ ਸੀ, ਕਿੱਥੋਂ ਕਿੱਥੋਂ ਕਰੀ, ਹੋਰ ਵੀ ਮੇਲਾ ਤੋਂ ਨਹੀਂ ਕਰਨੀ ਬਸ। ਅੱਛਾ ਪਹਿਲਾਂ ਦੇਖ ਕੇ ਗਏ ਤੇ ਚੋਰੀ ਕਰਨ ਤੋਂ ਪਹਿਲਾਂ ਵੀ ਕਿੱਥੇ ਕਰਨੀ ਸੀ, ਦੁਕਾਨ ਪਰ ਆਏ ਸੀ ਕਦੇ? ਫੋਨ ਲਿਆ ਸੀਗਾ ਜੀ ਉੱਥੇ। ਕਿੰਨਾ ਚਿਰ ਪਹਿਲਾਂ ਲਿਆ ਸੀ? ਦੋ ਤਿੰਨ ਮਹੀਨੇ ਲਿਆ ਪਹਿਲਾਂ ਜੀ। ਮਹਿੰਗਾ ਲਾਤਾ? ਨਹੀਂ ਖਰਾਬ ਸੀਗਾ ਜੀ ਫੋਨ। ਇਹ ਖਰਾਬ ਹੀ ਦੇਤਾ ਤੁਹਾਨੂੰ ਤਾਂ ਕਰਕੇ ਚੋਰੀ ਕੀਤੀ ਵੀ ਖਰਾਬ ਦਿੱਤਾ ਜੀ? ਇੰਨੇ ਫੋਨ ਦਾ ਕਰਨਾ ਕਿਆ ਤੁਹਾਨੂੰ ਜਿਹੜੇ ਚੋਰੀ ਕੀਤੇ? ਕੋਈ ਮੂਵੀ ਮਾਵੀ ਦੇਖ ਕੇ ਤਾਂ ਨਹੀਂ ਚੋਰੀ ਕੀਤੀ? ਵੇਚਣੇ ਤੇ ਕਿਆ ਕਰਨੇ ਤੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ 24-25 ਦੀ ਦਰਮਿਆਨੀ ਰਾਤ ਨੂੰ ਆਪਣੇ ਸ਼ਹਿਰ ਵਿੱਚ, ਰੋਪੜ ਸ਼ਹਿਰ ਵਿੱਚ ਬੇਲਾ ਚੌਂਕ ਦੇ ਲਾਗੇ ਇੱਕ ਮੋਬਾਈਲ ਦੀ ਸ਼ੌਪ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਸੀਗੀ ਔਰ ਦੋ ਚੋਰਾਂ ਨੇ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਉਹਨਾਂ ਨੇ ਜਿਹੜਾ ਵੀ ਸਮਾਨ ਸੀਗਾ ਮੋਬਾਈਲ ਕਰੀਬ 120 ਦੇ ਕਰੀਬ ਮੋਬਾਈਲ ਔਰ ਇੱਕ ਲੈਪਟਾਪ, ਇੱਕ ਸਾਊਂਡ ਬਾਕਸ ਜਿਹੜਾ ਹੈਗਾ ਉੱਥੋਂ ਚੋਰੀ ਕਰ ਲਿਆ ਸੀਗਾ। ਇਹਨਾਂ ਦੇ ਉੱਤੇ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ FIR ਹੋਣ ਤੋਂ ਬਾਅਦ ਜਿਹੜੀ 305 331 BNS ਵਿੱਚ ਆਪਾਂ ਦਰਜ ਕੀਤੀ ਸੀਗੀ ਉਹ ਤੋਂ ਬਾਅਦ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸਿੱਟ ਨੇ ਕੀਤੀ ਹੈਗੀ ਹੈ। SPD, DSP ਰੋਪੜ, DSP SHO ਸਿਟੀ ਅਤੇ ਇੰਚਾਰਜ CIA ਦੀ ਇੱਕ SIT ਵੀ ਬਣਾਈ ਗਈ ਸੀ ਇਸ ਮਾਮਲੇ ਨੂੰ ਲੈ ਕਰਕੇ ਸੰਜੀਦਗੀ ਨੂੰ ਦੇਖਦੇ ਹੋਏ ਔਰ ਉਸ ਤੋਂ ਬਾਅਦ ਆਪਾਂ ਏਰੀਏ ਵਿੱਚ ਪੈਟਰੋਲਿੰਗ ਵੀ ਵਧਾਈ ਸੀਗੀ ਤਾਂ ਜੋ ਜਿਹੜੇ ਬੰਦੇ ਹੈਗੇ ਨੇ ਇਹਨਾਂ ਨੂੰ ਵੀ ਰੰਗੇ ਹੱਥੀ ਵੀ ਫੜਿਆ ਜਾ ਸਕੇ ਔਰ ਸਾਡੀ ਟੀਮ ਨੂੰ ਕਾਫੀ ਚੰਗੀ ਜਿਹੜੀ ਹੈਗੀ ਹੈ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਆਪਾਂ ਜਿਹੜੇ ਦੋ ਬੰਦੇ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਜਿੰਦਰ ਸਿੰਘ ਉਰਫ ਰਾਜੂ ਅਤੇ ਕਰਨਜੀਤ ਸਿੰਘ ਇਹ ਦੋਨੋਂ ਕੋਟਲਾ ਨਿਹੰਗ ਦੇ ਰਹਿਣ ਵਾਲੇ ਹੈਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਅਤੇ ਜਿਹੜਾ ਵੀ ਮਾਲ ਸੀਗਾ ਚੋਰੀ ਦਾ ਉਹ ਸਾਰਾ ਸਮਾਨ ਜਿਹੜਾ ਹੈਗਾ ਉਹ ਬਰਾਮਦ ਕਰਾਇਆ ਗਿਆ ਜਿਹਦੇ ਵਿੱਚ 42 ਨਵੇਂ ਮੋਬਾਈਲ, 94 ਪੁਰਾਣੇ ਮੋਬਾਈਲ, ਇੱਕ ਲੈਪਟਾਪ ਜਿਹੜਾ ਹੈਗਾ ਜੋ ਕਿ ਇੱਥੋਂ ਵਾਰਦਾਤ ਵਿੱਚ ਇਹਨਾਂ ਨੇ ਚੋਰੀ ਕੀਤਾ ਸੀਗਾ ਉਹ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਇੱਕ i10 ਕਾਰ ਜਿਹੜੀ ਹੈਗੀ ਚੋਰੀ ਕੀਤੀ ਸੀਗੀ ਉਹ ਵੀ ਬਰਾਮਦ ਕੀਤੀ ਹੈਗੀ ਹੈ ਔਰ ਜਿਹੜਾ ਸਮਾਨ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਪਾਲਣ ਵਾਸਤੇ ਹਾਈਡ੍ਰੋਲਿਕ ਕਟਰ, ਪਲਾਜ਼ਮਾ ਕਟਰ,
ਉਹ ਵੀ ਬਰਾਮਦ ਕੀਤਾ ਹੈਗਾ। ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਇੱਕ ਦੇਸੀ ਕੱਟਾ ਵੀ ਮਿਲਿਆ ਹੈਗਾ ਔਰ ਜਿੰਦਾ ਰਾਉਂਦ ਵੀ ਮਿਲੇ ਹੈਗੇ ਨੇ ਔਰ ਇੱਕ ਜਿਹੜਾ ਦਾਤਰ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਚੋਰੀ ਵਿੱਚ ਹਜੇ ਤੱਕ ਇਹਨਾਂ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈਗੀ ਹੈ, ਬਾਕੀ ਹੁਣ ਇਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਜਿਹੜਾ ਰਿਮਾਂਡ ਮਿਲੇਗਾ ਉਹਦੇ ਵਿੱਚ ਹੋਰ ਡੂੰਘਾਈ ਦੇ ਨਾਲ ਇਹਨਾਂ ਦੀ ਪੜਤਾਲ ਕਰਾਂਗੇ ਕਿ ਹੋਰ ਕਿਹੜੀ ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੈਗੀਆਂ ਨੇ, ਕੋਈ ਹੋਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਕਿ ਨਹੀਂ ਹੈਗਾ ਆ, ਔਰ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਗੈਂਗ ਵਿੱਚ ਹੋਰ ਕੋਈ ਬੰਦਾ ਸ਼ਾਮਿਲ ਹੈ ਜਾਂ ਨਹੀਂ ਹੈ। ਦੇਖੋ ਜੀ, ਇਹ ਜਿਹੜਾ ਵਾਰਦਾਤ 24-25 ਦੀ ਦਰਮਿਆਨੀ ਰਾਤ ਨੂੰ ਹੋਈ ਸੀ ਉਹਦੇ ਵਿੱਚ ਦੋ ਵੱਖਰੇ ਗੈਂਗ ਸੀਗੇ, ਇੱਕ ਤੇ ਆ ਗੈਂਗ ਸੀਗਾ, ਇੱਕ ਸਵਿਫਟ ਕਾਰ ਵਾਲਾ ਗੈਂਗ ਸੀਗਾ ਜਿਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹੈਗਾ ਕਿ ਉਹ ਗੈਂਗ ਜਿਹੜਾ ਸੀ ਉਹ ਆਪਣੇ ਸੰਗਰੂਰ ਪੁਲਿਸ ਨੇ ਫੜ ਲਿਆ ਹੈਗਾ। ਉਹਦੇ ਵਿੱਚ 5 ਬੰਦੇ ਸ਼ਾਮਿਲ ਸੀਗੇ ਜਿਹਦੇ ਵਿੱਚ 4 ਬੰਦੇ ਗ੍ਰਿਫਤਾਰ ਕਰ ਲਏ ਗਏ ਸੀਗੇ ਔਰ ਬਾਕੀ ਉਹਨਾਂ ਦੀ ਵੀ ਪੁੱਛ ਪੜਤਾਲ ਚੱਲ ਰਹੀ ਹੈ। ਉਹਨਾਂ ਦਾ ਆਪਾਂ ਪੁਲਿਸ ਰਿਮਾਂਡ ਇੱਥੇ ਪ੍ਰੋਟੈਕਸ਼ਨ ਵਾਰੰਟ ਹਾਸਲ ਕਰ ਰਹੇ ਹਾਂ, ਜਦੋਂ ਮਿਲ ਜਾਂਦਾ ਸਾਨੂੰ ਫਿਰ ਆਪਾਂ ਉਹਨਾਂ ਨੂੰ ਲਿਆ ਕਰਕੇ ਇੱਥੇ ਪੁੱਛਗਿੱਛ ਕਰਾਂਗੇ ਉਹਨਾਂ ਦੀ। ਦੇਖੋ ਜੀ, ਇਹ ਜਦੋਂ ਸਾਨੂੰ FIR ਦਰਜ ਕਰਾਈ ਗਈ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 120 ਦੇ ਕਰੀਬ ਜਿਹੜੇ ਹੈਗੇ ਨੇ ਮੋਬਾਈਲ ਸੀਗੇ, ਹੀ ਵਾਜ਼ ਨੋਟ ਐਗਜੈਕਟ, ਜਿਹੜਾ ਮੋਬਾਈਲ ਓਨਰ ਸ਼ੋਪ ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਮੋਬਾਈਲ ਐਗਜੈਕਟਲੀ ਸੀਗੇ, ਬਟ ਹੁਣ ਜਿੰਨੀ ਬਰਾਮਦਗੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ 136 ਮੋਬਾਈਲ ਆਪਾਂ ਬਰਾਮਦ ਕੀਤੇ ਹੈਗੇ ਨੇ ਔਰ ਹੁਣ ਆਪਾਂ ਤਫਤੀਸ਼ ਵਿੱਚ ਇਹ ਚੀਜ਼ ਦੇਖਾਂਗੇ ਕਿ ਉਹ ਸਾਰੇ ਮੋਬਾਈਲ ਇਸੇ ਦੁਕਾਨ ਦੇ ਹੈਗੇ ਨੇ ਜਾਂ ਕੋਈ ਹੋਰ ਵੀ ਜਿਹੜੀ ਹੈਗੀ ਚੋਰੀ ਇਹਦੇ ਸਾਹਮਣੇ ਆਉਂਦੀ ਹੈਗੀ ਹੈ, ਬਟ ਇਹ ਤਫਤੀਸ਼ ਵਿੱਚ ਹੀ ਸਾਰਾ ਕੁਝ ਸਾਹਮਣੇ ਆਊ। ਹਜੇ ਤੱਕ ਦੀ ਤਫਤੀਸ਼ ਵਿੱਚ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਹੈ, ਬਟ ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ, ਵੀ ਵਿਲ ਲੁੱਕ ਇਨਟੂ ਇਟ। ਪਹਿਲਾਂ ਇਹਨਾਂ ਤੋਂ ਕੋਈ ਵੀ FIR ਨਹੀਂ ਹੈਗੀ, ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਜਿਹੜੇ ਰਿਕਾਰਡ ਮੁਤਾਬਿਕ ਕਲੀਨ ਹੈਗਾ, ਬਟ ਫਿਰ ਵੀ ਆਪਾਂ ਦੂਜੇ ਜ਼ਿਲ੍ਹਿਆਂ ਤੋਂ ਡਿਟੇਲ ਹਾਸਲ ਕਰ ਰਹੇ ਹੈਗੇ ਹਾਂ ਤਾਂ ਜੋ ਵੀ ਕੋਈ ਕ੍ਰਿਮੀਨਲ ਰਿਕਾਰਡ ਕਿਸੇ ਹੋਰ ਜ਼ਿਲ੍ਹੇ ਵਿੱਚ ਹੈਗਾ ਔਰ ਸਾਨੂੰ ਇਨਫੋਰਮ ਨਹੀਂ ਕੀਤਾ ਗਿਆ ਉਹਨੂੰ ਵੀ ਆਪਾਂ ਦੇਖ ਸਕੀਏ। ਇਹ ਮਤਲਬ ਯੰਗ ਹੈਗੇ ਨੇ, ਯੂਥ ਹੈਗੇ ਨੇ, ਇੱਕ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਇੱਕ ਨੇ ITI